ਕਲੇਸ ਸਾਰੇ ਕੱਟ ਦੇ ਕਿਨਾ ਦੇ ਨਾਲ ਡੱਟ ਦੇ ਕਨਠ ਸੁਰ ਤਾਂ ਦੇ ਵਿਦਿਆ ਦੀ ਲਾਗ ਲੱਗਣ ਦੇ ਪਿੰਗਲ ਜੋਤ ਜਗਣ ਦੇ ਸ਼ਰੀ ਦੀ ਨਹਿਰ ਵਗਣ ਦੇ ਵਿਚਾਰ ਸਾਰ ਗਿਆਨ ਦੇ ਸੁਦੇ ਵਿਭਾਗ ਜਾਗਣ ਦੇ ਧਨਾ ਦਾ ਰੂਪ ਤਿਆਗਣ ਦੇ ਦੌਰੈਤ ਕਾਲੀ ਨਾਕਣ ਦੇ ਕਦੇ ਨਾ ਨੇੜੇ ਜਾਣ ਦੇ ਬਾਬੂ ਜੀ ਰਾਗ ਚੱਲਣ ਦੇ ਹਿਰਦੇ ਚ ਰਾਗ ਚੱਲਣ ਦੇ ਰੋਲੀ ਨੂੰ ਜਰਾ ਠੱਲਣ ਦੇ ਸੁਣੋ ਸੁਰੋ ਤਿਉ ਧਿਆਨ ਦੇ ਸ਼ਾਮ ਚੌਕ ਛੱਲਿਆ ਨੂਰਾਂ ਵਾਂਗ ਚੱਕ
ਕੈਸਾ ਤੇ ਬਾਦਾਮ ਕਾ ਮੱਖਣ ਰਾਜ ਦਾ ਪਿਤਾ ਦਾ ਸ਼ਮੇਸ਼ ਦਾ ਜਨਮ ਅੱਜ ਦਾ ਹੋ ਚਾੜੇ ਛੰਨੀ ਦੇ ਤਾਰੰਗਾ ਰਹੇ ਫਰਕ ਅੰਗ ਅੰਗ ਸਿੰਘੋ ਸਿੱਖੋ ਕੰਮ ਚੰਗਾ ਦਾ ਆਲਨ ਕਰ ਦੇਗੇ ਅੰਬਰਾ ਤਾਂ ਖੰਡੇ ਦਾ ਹਮੇਸ਼ਾ ਮਾਰ ਦੇਗੇ ਉੱਚੀ ਸੁੱਚੀ ਸੀ ਬਾਣਾ ਸਸੂਰ ਮਕਾਤੀ ਦਾ ਲਸੰਸਾਨ ਬੋਲੇ ਕਾੜ ਕਰ ਤਨਸਰਣ ਜੀਤ ਗੱਜ ਦਾ ਜਨਮ ਅੱਜ ਦਾ ਆਪਣੇ
कनेडा के पहुंचे आल वर्ल्ड के जिथे भी गुरु नानक नाम उसते हैं बड़ी धूमधाम के शब्द के नाम मनाया जा रहा है। सो आओ समुचिया ही कमेटी समुचिया सिख संतान साढ़े जत्थे वालों अज के पावन पवित्र तिहाड़ की लख लख बधाई हो। आओ प्यारे सब तो पहला लवा जत्थे की हाजरी सिखा की बंश पत्ते प्रवान करो एक बार कहते कट के आखो जी वाहेगुरु जी का खालसा वाहेगुरु जी की फतेह। समा सीमित है समय चाहिए थोड़ी सेवा करनी। सब तो पहला धन गुरु दशमेश पाठक वाले पातशाह के इस हिंदुस्तान की धरती से अवलाद धाम तो पहला जो साढ़े हिंदुस्तान की दशा से हिंदुस्तान के उत्ते बड़े अत्याचार बड़े जुलम जो हो रहे सब एक दास्तान है क्योंकि तकरीबन अत्याचारता के 500 साल के करीब साढ़े हिंदुस्तान ने गुलामी चली है। वह कि शासक वो कि जो जालम हिंदुस्तान के तख्त बैठे जिन्होंने साडे हिंदुस्तान लुटिया फुटिया साड़िया धियां भैन साजा रोज लिया। आओ बखो अपने हिंदुस्तान ने एक दास्तान साहबा ने अवतार क्यों धारना पाया प्यारो उन्होंने आओ तो पहला जो सा हिंदुस्तान की दशा है महाकवि बाबू रजपाली कलानी साहब कैबर के सब तो छोटे शिगर्द सूबेदार हंस सरकार माणी खेड़े वाले पहुंची कलम तो जगदेव सिंह साहब जथे वालों यो बेनती की जाए। बहे सरस्वती जीवते पल बच खड़े दिमाग खुश हो सुन कचहरिया करण बुलबुला राग भई मदिया उमर गजारे बाकी जनता दुनिया दी केवल भारत खंड दुखी है धरती ऋषिया मुनिया मुसलमाना का बीज उसने उत्थे पोया सी हावी ओदा दीन कबूलिया सारिया अरबी देशा ने भारत देश पाप नाल भरता जावर तुरक मलेशा ने मेरे दिल नू चीर गया हामी तां मैं धरती तानू करियां आण आदेश
ਮਲੇਸ਼ਾ ਭਾਰਤ ਦੇਸ਼ ਪਾਪ ਨਾਲ ਭਰਤਾ ਜਾਬਰ ਤੁਰਕ ਮਲੇਸ਼ਾ ਨੇ ਦੋ ਬੰਦ ਖੜਕੇ ਕਰਦੇ ਸੇਵਕ ਜਸ਼ਨ ਸ਼ਮੀਸ਼ ਦੇ ਆਓ ਪਿਆਰੋ
जिम्मे पटना साहब की धरती के उत्ते खुशियां मनाई जा रही ने उन्होंने लैणा ने जिथे वालों नौ बेनती की जा रही मृत मंडल ते पहुंचे भगत वचल दरवेश मां गुजरी दी अरद में आकर परवेश भई 1723 भी करवी सम्मत आगा करने कौम दी एक मरतम जम्मत ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਬਣਿਆ ਹੈ
ਉਹ ਇਸ ਸੰਸਾਰ ਨੇ ਆ ਚੁੱਕਾ ਮੈਂ ਤਾਂ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਜਦਾ ਕੀਤਾ ਹੈ। ਆਓ ਪਿਆਰਿਓ ਜਿਵੇਂ ਆਪਣੇ ਮਿਲਤਾਂ ਨੂੰ ਦਰਸ਼ਨਾ ਕਰ ਰਿਹਾ ਲੋਕ ਚੰਦ ਸ਼ਬਦਾਂ ਦੇ ਵਿੱਚ ਤੁਹਾਨੂੰ ਸਿੱਖ ਕਰ ਦਸ ਤਰ੍ਹਾਂ ਮਿਲਦੀ ਆ ਪੀਕਣ ਸਾਦਰ ਵੇਸ ਦਾ ਸੀ ਠਸ ਕੇ ਵਿੱਚ ਸਿਵਰ ਮਰੀਦ ਬੇਰ ਦੇ ਤਸਵੀਆਂ ਬਗੇ ਅਲਾਹੀ ਰਿਵਰ ਭਈ ਬਾਗ ਕੁੱਕੜਨੇ ਦੇ ਦੀ ਨਾਲੇ ਚਿੜੀਆਂ ਚੂਗਦੀਆਂ ਅਈ ਤੂੰ ਪਹਿਲਾਂ ਅੱਖੀਆਂ ਖੁੱਲੀਆਂ ਪੀਰ ਮਲੂਕਦੀਆਂ ਪੂਰਬ ਤੋਂ ਚਮਕਾਰਾ ਵਜਿਆ ਨੂਰ ਅਲਾਹੀ ਦਾਨਾ ਉਹ ਤੇਜ ਰੋਸ਼ਨੀ ਪੈ ਕੇ ਅੱਖੀਆਂ ਮਿਚੀਆਂ ਪੀਰ ਦੀਆਂ ਪੂਰਬ ਵੱਲ ਨੂਰ ਚੀਆਂ ਖਿੱਚੀਆਂ ਗਈਆਂ ਤੀਰ ਦੀਆਂ ਹਾਵੀ ਰੁੱਖ ਚੜ੍ਹਦੇ ਨੂੰ ਕਰਤਾ ਸੀ ਫਿਰ ਸਫਾ ਫਲਾਈ ਦਾਨਾ ਪੂਰਬ ਤੋਂ ਚਮਕਾਰਾ ਵਜਿਆ ਨੂਰ ਅਲਾਹੀ ਦਾਨਾ ਉਹ ਪੱਛਮ ਵੱਲ ਪਟ ਹੋ ਗਈ ਜਾ ਮੁਖ ਕਰਿਆ ਚੜ੍ਹਦੇ ਨੂੰ ਮਰੀਦ ਨੂੰ ਅੱਖੀ ਵੇਖਿਆ ਸਜਦਾ ਕਰਦੇ ਨਾ ਹਾਮੀ ਹੋ ਗਈ ਕਜਾ ਨਵਾਜ ਫਰਕਨਾ ਰਾਜਾ ਰਾਈ ਦਾਹੰਗ ਪੂਰਬ ਤੋਂ ਚਮਕਾਰਾ ਵਜਿਆ ਨੂਰ ਅਲਾਹੀ ਦਾਹੰਗ ਉਹ ਮੋਤਨ ਚੇਲੇ ਆ ਕੇ ਪੁੱਛਣ ਲੱਗੇ ਪੀਖਣ ਤੋਂ ਪਲ ਨਹੀਂ ਜੀ ਸਕਦੇ ਅੱਖੀਆਂ ਕਰੇ ਨਰੀਖਣ ਤੋਂ ਹਾਮੀ ਕੋ ਤੋਂ ਚੇਲੇ ਲੱਗੇ ਮੰਗਣ ਜਵਾਬ ਸਫਾਈ ਦਾਹੰਗ ਪੂਰਬ ਤੋਂ ਚਮਕਾਰਾ ਵਜਿਆ ਨੂਰ ਅਲਾਹੀ ਦਾਨਾ ਉਹ ਅੱਜ ਤੁਸੀਂ ਕੀ ਕਰਿਆ ਸਾਨੂੰ ਸਮਝ ਚ ਆਉਂਦਾ ਨਹੀਂ ਅਮਲ ਤੁਹਾਡਾ ਵੇਖ ਕੇ ਸਾਨੂੰ ਮਨ ਵਿੱਚ ਪਾਉਂਦਾ ਨਹੀਂ ਹਾਮੀ ਕਾਬਾ ਛੱਡ ਕੇ ਮਸਰਕ ਕਾ ਤੋਂ ਸੀਸ ਝੁਕਾਈ ਦਾਨਾ ਪੂਰਬ ਤੋਂ ਚਮਕਾਰਾ ਵਜਿਆ ਨੂਰ ਅਲਾਹੀ ਦਾਨਾ ਜੀ ਮੁਸਲਮਾਨ ਗੱਲ ਸੁਣ ਕੇ ਤੁਹਾਨੂੰ ਮਾੜਾ ਪਾਖਣਗੇ ਕਮਾਈ ਦਾਨ ਪੂਰਬ ਤੋਂ ਚਮਕਾਰਾ ਵਜਿਆ ਨੂਰ ਅਲਾਹੀ ਦਾ ਆਓ ਗੁਰੂ ਪਿਆਰੇ ਉਸ ਵਿੱਚ ਤਬਾਜਾ ਵਾਲੇ ਪਾਸ਼ ਦਰਸ਼ਨ ਕਰਨ ਲਈ ਪਟਨਾ ਸਾਹਿਬ ਆਉਣਾ ਇਤਿਹਾਸ ਬਾਕੀ ਹੈ ਪਰ ਸਮਾਂ ਆਇਆ ਜਿੱਦਾਂ ਦਾ ਜਿੰਨਾ ਸਮਾਂ ਸੀ ਸਮਾਂ ਇੱਕ ਨਾ ਕਿਤੇ ਜਾ ਵੜਿਆ ਸੀ ਮਾਫੀ ਮੰਗਦੀ ਹੈ ਸੋ ਬੁਲਾਓ ਪੱਤੇ ਪਾਓ ਪੱਤੇ ਜਿੰਨਾ ਸਿੱਖ ਸੰਗਤਾਂ ਨੇ ਮੰਗ ਕੀਤਾ ਸਭ ਦਾ ਧੰਨਵਾਦ ਕੱਢ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ